ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕਾਫੀ ਸਾਰੀ ਕਾਲਸ ਇਸ ਟਾਈਮ ਕਿਊ ਦੇ ਵਿੱਚ ਹੈਗੀਆਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਹੜੇ ਕਿਹੜੇ ਵਿਚਾਰ ਸਾਡੇ ਨਾਲ ਸਾਂਝਾ ਕਰਨੇ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਹਰ ਰੋਜ਼ ਬੜੇ ਜਿਹੜੇ ਕਮਿਟੀਆਂ ਦੇ ਨਾਲ ਅਫੈਕਟਡ ਮੁੱਦੇ ਆ, ਖਾਸ ਕਰਕੇ ਸਿੱਖਾਂ ਦਾ 1984 ਤੋਂ ਲੈ ਕੇ ਹੁਣ ਤੱਕ ਦਰਬਾਰ ਸਾਹਿਬ ਦਾ ਹਮਲਾ ਤੇ ਦਿੱਲੀ ਦੇ ਜੈਨੋਸਾਈਡ ਦਾ ਮਸਲਾ, ਇਹਦੇ ਵਾਸਤੇ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹਾਂਗਾ ਕਿਉਂਕਿ ਆਪਾਂ ਸਮਝ ਸਕੀਏ ਕਿ ਇਹ ਸਿੱਖਾਂ ਦੇ ਨਾਲ ਹੀ ਸਦੀਆਂ ਤੋਂ ਜਿਹੜੇ ਬਤੀਤੀਆਂ ਹੁੰਦੀਆਂ ਆ ਰਹੀਆਂ ਉਹਦੇ ਪਿੱਛੇ ਗੱਲਬਾਤ ਕੀ ਹੈ। ਜੀ ਮਲੀ ਜੀ, ਜਦੋਂ 15ਵੀਂ ਸਦੀ ਤੋਂ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਦੇ ਆ ਬਾਬਰ ਨੂੰ ਜਾਬਰ ਕਹਿਣਾ, ਤੇ ਉਸ ਤੋਂ ਉਦੋਂ ਦੇ ਹੁਕਮਰਾਨਾਂ ਦੇ ਅਗੇਨਸਟ ਬਗਾਵਤ ਸ਼ੁਰੂ ਕਰਨੀ 15ਵੀਂ ਸਦੀ ਤੋਂ ਲੈ ਕੇ 10 ਗੁਰੂਆਂ ਤੱਕ ਜੋ ਕੁਛ ਹੋਇਆ ਆਪਣੀ ਹਿਸਟਰੀ ਹੈ ਸਾਰੀ, ਤੇ ਸਾਰੀ ਦੁਨੀਆਂ ਨੂੰ ਇਸ ਗੱਲ ਦਾ ਪਤਾ ਕਿ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਤੋਂ ਲੈ ਕੇ ਉਸ ਤੋਂ ਬਾਅਦ ਜੋ ਜਿੰਨੇ ਵੀ ਮੁਗਲ ਰਾਜੇ ਆਏ ਉਹਨਾਂ ਨੇ ਇਸ ਦੇਸ਼ ਨੂੰ ਦਰਿਆ ਖੈਬਰ ਵਿੱਚ ਲੁੱਟ ਕੇ ਜਾਂਦੇ ਰਹੇ, ਤੇ ਪੰਜਾਬ ਇੱਕ ਐਸੀ ਸਥਾਨ ਸੀ ਜਿਹੜੇ ਕਿ ਉੱਥੇ ਆ ਕੇ ਉਹ ਨਾਕਾ ਲਾਉਂਦੇ ਸੀ ਕਿ ਉਹ ਪੰਜਾਬੀ ਆ ਜਿਹਨਾਂ ਨੇ 15ਵੀਂ ਸਦੀ ਤੋਂ 900 ਸਾਲ ਉਹ ਦੇਸ਼ ਜਿਹੜਾ ਗੁਲਾਮ ਰਿਹਾ ਹੋਵੇ, ਇਹਨਾਂ ਪੰਜਾਬੀਆਂ ਨੇ ਉਸ ਦੇਸ਼ ਦੀ ਗੁਲਾਮੀ ਨੂੰ ਦੂਰ ਕਰਨ ਵਾਸਤੇ ਹਿਸਟਰੀਆਂ ਦੇ ਵਿੱਚ ਤਾਂ ਬੇਸ਼ੱਕ ਨਹੀਂ ਲਿਖਿਆ, ਲੇਕਿਨ ਇਹ ਹਿਸਟਰੀ ਦੇ ਵਿੱਚ ਰਹੇਗਾ ਕਿ ਜਿਹੜੀ ਸਿੱਖਿਆ ਦੀ ਕੁਰਬਾਨੀ ਹੈ ਉਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 93%, 95% ਆਪਾਂ ਇਹ ਸਾਰੇ ਜਾਣਦੇ, ਕਾਲੇ ਪਾਣੀਆਂ ਦੀ ਗੱਲ ਕਰਦੇ ਹਾਂ, ਫਾਂਸੀਆਂ ਦੀ ਗੱਲ ਕਰਦੇ ਹਾਂ, ਤੇ ਅੰਗਰੇਜ਼ ਰਾਜ ਆਉਣ ਤੋਂ ਬਾਅਦ ਵੀ ਸਿੱਖਾਂ ਉੱਪਰ ਅਤਿਆਚਾਰ ਕੀਤਾ ਗਿਆ, ਸਿੱਖਾਂ ਨੂੰ ਵਰਤਿਆ ਗਿਆ, ਉਹ ਵੀ ਆਪਾਂ ਭਲੀਭਾਂਤ ਜਾਣਦੇ। ਦੇਖੋ ਮੈਂ ਮਲੀ ਜੀ, ਮੈਂ ਤੁਹਾਡੀ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ। ਮੈਂ ਇਸ ਦੇ ਨਾਲ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ। ਮੈਂ ਕਹਿਣਾ ਚਾਹੁੰਦਾ ਕਿ ਮੈਨੂੰ ਕਈ ਕਹਿੰਦੇ ਨੇ ਕਿ ਅੱਜ ਅਸੀਂ ਆ ਕੇ ਜਿਨ੍ਹਾਂ ਨੇ ਸਾਡੇ ਦੇਸ਼ ਦੇ ਵਿੱਚ ਰਾਜ ਕੀਤਾ, ਅੱਜ ਅਸੀਂ ਉਹਨਾਂ ਦੇ ਦੇਸ਼ ਦੇ ਵਿੱਚ ਆ ਕੇ ਕੰਮ ਕਰ ਰਹੇ ਹਾਂ। ਮੈਂ UK ਦੇ ਵਿੱਚ ਵੱਸਦੇ ਸਾਡੇ ਸਿੱਖ ਭਰਾਵਾਂ ਦੀ ਗੱਲ ਕਰ ਰਹੇ ਹਾਂ, ਲੇਕਿਨ ਮਾਣ ਮਹਿਸੂਸ ਹੁੰਦਾ ਉਹ ਰਾਜ ਅੱਜ ਉਹਨਾਂ ਦੇ ਮੁਲਕ ਦੇ ਵਿੱਚ ਕਰ ਰਹੇ ਨੇ, ਉਹਨਾਂ ਦੇ ਨਾਲ ਰਹਿ ਕੇ ਔਰ ਉਹਨਾਂ ਦੇ ਰੈਵਨਿਊ ਦਾ ਹਿੱਸਾ ਬਣਨੇ। ਯਾਨੀ ਕਿ ਤੁਸੀਂ ਲੋਕ ਜਿਹੜਾ ਜਿਹੜੇ ਲੋਕ ਇਸ ਗੱਲ ਨੂੰ ਕਹਿੰਦੇ ਨੇ ਕਿ ਬ੍ਰਿਟਿਸ਼ ਹਕੂਮਤ ਜਿਹੜੀ ਹੈ ਉਹਨੇ ਭਾਰਤ ਦੇ ਉੱਤੇ 200 ਸਾਲ ਰਾਜ ਕੀਤਾ, ਅੱਜ ਮੈਨੂੰ ਲੱਗਦਾ ਕਿ ਸਿੱਖ ਕੌਮ ਰਾਜ ਕਰ ਰਹੀ ਹੈ UK ਦੇ ਵਿੱਚ। ਬਿਲਕੁਲ, ਕਿਉਂਕਿ ਜਿਹੜਾ ਸਾਡਾ ਪਿਛੋਕੜ ਆ ਨਾ, ਜਿਹੜਾ ਗੁਰੂ ਸਾਹਿਬ ਨੇ ਜਿਸ ਮੀਲ ਪੱਥਰ ਜਿਹੜਾ ਗੱਡਿਆ, ਜਿਸ ਜਿਹੜੀ ਇਨਸਾਨੀਅਤ ਦੇ ਨਾਤੇ, ਸਿੱਖ ਧਰਮ ਇੱਕ ਇਨਸਾਨੀਅਤ ਦਾ ਧਰਮ ਆ, ਇਹ ਕੋਈ ਵੱਖਰਾ ਧਰਮ ਨਹੀਂ, ਇਨਸਾਨੀਅਤ ਦਾ ਧਰਮ, ਸਿਰਫ ਹਿਊਮੈਨਿਟੀ ਔਰ ਇਨਸਾਨੀਅਤ ਸਿਖਾਉਂਦਾ ਸਾਡਾ ਧਰਮ ਜੀ। ਹਿਊਮੈਨਿਟੇਰੀਅਨ ਦੇ ਉੱਤੇ ਜਿੱਥੇ ਕਿਤੇ ਵੀ ਅਤਿਆਚਾਰ ਹੋਏ, ਜਿਹੜਾ ਖਾਲਸਾ ਪੰਥ ਸਾਜਿਆ ਗਿਆ, ਇੱਕ ਵੱਖਰੀ ਪਹਿਚਾਨ ਬਣਾਈ ਗਈ ਜੀ, 5 ਕਤਾਰ ਦਿੱਤੇ ਗਏ, ਉਹ ਇੱਕ ਵੱਖਰੀ ਹੋਂਦ ਤਿਆਰ ਕੀਤੀ ਗਈ ਕਿ ਜਿੱਥੇ ਮੇਰਾ ਖਾਲਸਾ ਹੋਏਗਾ ਉੱਥੇ ਜ਼ੁਲਮ ਨਹੀਂ ਹੋਏਗਾ, ਜ਼ੁਲਮ ਸਿਹਾ ਨਹੀਂ ਜਾਏਗਾ, ਜ਼ੁਲਮ ਦੇਖਿਆ ਨਹੀਂ ਜਾਏਗਾ, ਜ਼ੁਲਮ ਕੀਤਾ ਨਹੀਂ ਜਾਏਗਾ। ਸੋ ਉਸ ਸੋਚ ਨੂੰ ਖਤਮ ਕਰਨ ਵਾਸਤੇ ਮੁਗਲ ਆਏ, ਅੰਗਰੇਜ਼ ਆਏ, ਕੋਈ ਵੀ ਆਇਆ ਰਹਿਣਾ ਦੁਨੀਆਂ 'ਤੇ ਕਿਸੇ ਨੇ ਵੀ ਨਹੀਂ, ਕਿਉਂਕਿ ਜ਼ੁਲਮ ਕਰਨ ਵਾਲਾ ਬੰਦਾ ਜ਼ਿਆਦਾ ਦੇਰ ਨਹੀਂ ਰਹਿੰਦਾ। ਲੇਕਿਨ 1984 ਦਾ ਜਦੋਂ ਆਪਾਂ ਗੱਲ ਕਰਦੇ ਹਾਂ, ਅੱਜ 35 ਸਾਲ ਹੋ ਗਏ, ਕਿੰਨੀਆਂ ਸਰਕਾਰਾਂ, 7 ਸਰਕਾਰਾਂ ਬਦਲ ਗਈਆਂ, ਉਹਦੇ ਵਿੱਚ ਭਾਈਵਾਲਾਂ ਦੀਆਂ ਸਰਕਾਰਾਂ ਵੀ ਕਿੰਨੀ ਵਾਰ ਆਈਆਂ, ਜੇ ਉਹਨਾਂ ਦੀ ਸੋਚ ਸਾਫ਼ ਤੇ ਕਲੀਅਰ ਹੁੰਦੀ ਤਾਂ ਅੱਜ ਇਹ ਹਾਲਾਤ ਨਾ ਬਣਦੇ। ਹਰ ਇਲੈਕਸ਼ਨਾਂ ਤੋਂ 1 ਸਾਲ ਪਹਿਲਾਂ ਇਹ ਮੁੱਦੇ ਠਾਏ ਜਾਂਦੇ ਆ ਤੇ ਫਿਰ 4 ਸਾਲਾਂ ਲਈ ਦਫਨਾ ਦਿੱਤੇ ਜਾਂਦੇ ਆ। ਜੀ 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 ਜੀ, ਜਦੋਂ ਅਸੀਂ 2015 ਅਕਤੂਬਰ ਦੀ ਗੱਲ ਕਰਦੇ ਹਾਂ, ਸ਼੍ਰੀ ਮੋਦੀ ਜੀ ਇੱਥੇ UK ਦੇ ਵਿੱਚ ਆਏ, ਉਦੋਂ ਵੀ ਇਹ 1984 ਦੇ ਸਾਰੇ ਮੁੱਦਿਆਂ ਦੀ ਇੱਕ ਲਿਸਟ ਬਣਾ ਕੇ ਪੇਸ਼ ਕੀਤੀ ਗਈ ਔਰ ਇਹ ਵਾਅਦਾ ਕੀਤਾ ਗਿਆ। ਉਹਦੇ ਵਿੱਚ ਕਾਫੀ ਬਲੈਕ ਸੂਚੀਆਂ, 2-4 ਪ੍ਰਿਜਨਰ ਰਿਲੀਜ਼ ਹੋਏ, ਲੇਕਿਨ ਉਹਦੇ ਉੱਪਰ ਜ਼ਿਆਦਾ ਕੰਮ ਨਹੀਂ ਹੋਇਆ। ਲੇਕਿਨ ਅੱਜ ਦੁਬਾਰਾ ਫਿਰ, ਕਿਉਂਕਿ ਇਲੈਕਸ਼ਨਾਂ 19 ਦੀਆਂ ਆ ਰਹੀਆਂ, ਉਹਨਾਂ ਮੁੱਦਿਆਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਦਾਅਵੇ ਕਰ ਰਹੀਆਂ। ਜੀ ਜੀ ਜੀ, ਲੇਕਿਨ ਕਹਿੰਦੇ ਹੁੰਦੇ ਆ ਵੀ ਸਿੱਖ ਕਦੇ ਹਿੰਮਤ ਨਹੀਂ ਹਾਰਦੇ, ਉਹਨਾਂ ਦਾ ਵਿਸ਼ਵਾਸ ਉਹਨਾਂ ਦੇ ਗੁਰੂ ਤੇ ਹੁੰਦਾ। ਇੱਕ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਇਹਨਾਂ ਨੂੰ ਇੱਕ ਦਿਨ ਇਸ ਗੱਲ ਦੀ ਮਾਫ਼ੀ ਮੰਗਣੀ ਪਏਗੀ, ਕਿਉਂਕਿ ਜੋ ਜੈਨੋਸਾਈਡ ਦਿੱਲੀ ਦੇ ਵਿੱਚ ਹੋਇਆ ਉਹ ਇੱਕ ਜੈਨੋਸਾਈਡ ਸੀ, ਔਰ ਜੋ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਇਆ ਉਹ ਬਿਲਕੁਲ ਗਲਤ ਸੀ ਔਰ ਮਨੁੱਖ ਦਾ ਘਾਣ ਸੀ ਔਰ ਇੱਕ ਸੋਚੀ ਸਮਝੀ ਸਕੀਮ ਦੇ ਅਧੀਨ ਸੀ। ਜਿੱਥੇ ਅੱਜ ਅਸੀਂ 45 ਲੱਖ ਸਿੱਖ ਬਾਹਰਲੀ ਦੁਨੀਆਂ ਵਿੱਚ ਵੱਸ ਗਏ ਹਾਂ, ਜਦੋਂ ਅਸੀਂ
ਉਹ ਮੀਰ ਮਨੂ ਦੇ ਰਾਜ ਮੌਕੇ ਕਿਤੇ ਸਿੰਘ ਘੋੜੀਆਂ ਦੇ ਘੋੜੀਆਂ ਦੀਆਂ ਕਾਠੀਆਂ ਤੇ ਸੋਇਆ ਕਰਦੇ ਸੀ, ਜੰਗਲਾਂ ਚ ਰਿਹਾ ਕਰਦੇ ਸੀ, ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ। ਅਸੀਂ ਉਦੋਂ ਨੀ ਹਾਰ ਮੰਨੀ ਤੇ ਅੱਜ ਜਦੋਂ ਅਸੀਂ 45 ਲੱਖ ਬਾਹਰ ਬੈਠੇ ਹਾਂ ਤੇ ਦੇਸ਼ ਦੀ ਹਕੂਮਤ ਨੇ NRI ਵੋਟਾਂ ਵਾਸਤੇ ਵੀ ਅਨਾਊਂਸ ਕਰ ਦਿੱਤਾ, ਸੋ ਬੜੀ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਹੁਣ NRI ਵੱਧ ਤੋਂ ਵੱਧ ਜਾ ਕੇ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਜਾ ਕੇ ਖੜੇ ਹੋ ਸਕਦੇ, ਸਟੈਂਡ ਹੋ ਸਕਦੇ ਆ ਤੇ ਉਹਦੇ ਚ ਤਬਦੀਲੀ ਲਿਆਉਣ ਦੀ, ਅਗਰ ਆਪਾਂ ਸਾਰੇ ਰਲ ਕੇ ਇਹ ਸਾਰੀਆਂ ਤਬਦੀਲੀਆਂ ਵਾਸਤੇ ਜਿਹੜੀ 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 ਜਿਹੜਾ ਇਨਸਾਫ ਆ ਉਹ ਐਜੂਕੇਸ਼ਨ ਤੋਂ ਬਿਨਾਂ ਨਹੀਂ ਮਿਲਣਾ। ਮੈਂ ਉਹੀ ਕਹਿਣਾ ਕਿ ਅਸੀਂ ਤਗੜਾ ਕਰੀਏ ਆਪਣੀ ਯੰਗ ਜਨਰੇਸ਼ਨ ਨੂੰ, ਆਪਣੇ ਬੱਚਿਆਂ ਨੂੰ ਤਗੜਾ ਕਰੀਏ, ਉਹਨਾਂ ਨੂੰ ਇੰਨਾ ਤਗੜਾ ਕਰ ਦਈਏ ਕਿ ਅਸੀਂ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਹਾਂ, ਮਸਲਿਆਂ ਦੀ ਗੱਲ ਕਰਦੇ ਹਾਂ, ਇਹ ਬੱਚੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਪਹਿਰਾ ਦੇ ਸਕਦੇ ਹਨ। ਔਰ ਮੈਨੂੰ ਮੈਨੂੰ ਇਹ ਲੱਗਦਾ ਇਹ ਵੀ ਲੋੜ ਹੈਗੀ ਹੈ ਰਾਜਨੀਤਿਕ ਪਾਰਟੀਆਂ ਨੂੰ, ਇਹਨਾਂ ਬੱਚਿਆਂ ਨੂੰ ਹੁੰਗਾਰਾ ਦੇਣਾ ਚਾਹੀਦਾ, ਇਹਨਾਂ ਨੂੰ ਵਾਕਈ ਇਸ ਗੱਲਾਂ ਦੇ ਉੱਤੇ ਸੋਚਣ ਨੂੰ ਮਜਬੂਰ ਕਰਨਾ ਚਾਹੀਦਾ ਕਿ ਅਸੀਂ ਆਪਣਾ ਭਵਿੱਖ ਸੁਨਹਿਰਾ ਕਰਨਾ, ਅਤੇ ਨਾਲ ਨਾਲ ਜੇਕਰ ਅਸੀਂ ਆਪਣਾ ਭਵਿੱਖ ਸੁਨਹਿਰਾ ਕਰ ਲਵਾਂਗੇ ਤਾਂ ਸਾਡੇ ਸੂਬੇ ਦਾ ਵੀ ਭਵਿੱਖ ਸੁਨਹਿਰਾ ਹੋ ਜਾਏਗਾ, ਸਾਡੇ ਮਾਪਿਓ ਦਾ ਵੀ ਹੋ ਜਾਏਗਾ। ਮੈਂ ਅਕਸਰ ਕਹਿੰਦਾ ਰਹਿੰਦਾ ਉਹਨਾਂ ਯੰਗ ਜਨਰੇਸ਼ਨ ਨੂੰ ਜਿਹੜੇ ਇਸ ਟਾਈਮ ਮੈਨੂੰ ਵੇਖ ਪਾ ਰਹੇ ਨੇ, ਤੁਸੀਂ ਆਪਣੇ ਮਾਪਿਓ ਦੇ ਨਾਲ ਬੈਠੇ ਹੋ, ਰੱਬ ਮੰਨੋ ਉਹਨਾਂ ਨੂੰ, ਉਸ ਤੋਂ ਬਾਅਦ ਆਪਣੀ ਪੜ੍ਹਾਈ ਨੂੰ ਇੰਨਾ ਸਟਰੋਂਗ ਕਰ ਲਓ, ਆਪਣੇ ਆਪ ਨੂੰ ਇੰਨਾ ਇੰਟਲੈਕਚੁਅਲ ਕਰ ਲਓ ਕਿ ਗੱਲ ਤੁਸੀਂ ਕਿਸੇ ਦੇ ਸਾਹਮਣੇ ਬੈਠੋਗੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਾਕਈ ਸਾਡੇ ਮਸਲੇ ਕੀ ਨੇ, ਸਾਡੇ ਮੁੱਦੇ ਕੀ ਨੇ, ਔਰ ਅਸੀਂ ਕਿਸ ਤਰੀਕੇ ਨਾਲ ਆਪਣੀ ਪੜ੍ਹਾਈ ਦੇ ਸਦਕੇ ਇਹਨੂੰ ਉਠਾਉਣਾ, ਆਵਾਜ਼ ਨੂੰ ਚੱਕਣਾ, ਔਰ ਆਪਣੀ ਕਲਮ ਦੇ ਸਦਕੇ ਅਸੀਂ ਇੰਨੇ ਐਡਵੋਕੇਟ ਪੈਦਾ ਕਰ ਲਈਏ, ਅਸੀਂ ਇੰਨੇ ਜੱਜ ਪੈਦਾ ਕਰ ਲਈਏ ਕਿ ਅਸੀਂ ਉਹ ਇਨਸਾਫ ਦੀ ਲੜਾਈ ਇਸ ਕਲਮ ਦੇ ਨਾਲ ਲੜੀਏ। ਬਿਲਕੁਲ ਸਹੀ ਕਹਿ ਰਹੇ ਹੋ ਮੱਲੀ ਜੀ, ਆਈ ਐਮ ਐਗਰੀ ਔਨ ਦਿਸ। ਬਿਲਕੁਲ, ਮੈਂ ਇਹਦੇ ਨਾਲ ਹੋਰ ਜੋੜ ਦੇਣਾ ਚਾਹੁੰਦਾ ਕਿਉਂਕਿ ਜਿੱਥੇ ਅੱਜ ਬਾਹਰਲਿਆਂ ਦੇਸ਼ਾਂ ਦੇ ਵਿੱਚ ਸਰਕਾਰਾਂ ਨੂੰ ਸਿੱਖ ਸਰਦਾਰਾਂ ਤੇ ਮਾਣ ਆ ਕਿ ਉਹਨਾਂ ਦੀ ਪੱਗ ਜਦੋਂ ਪਾਰਲੀਮੈਂਟ ਦੇ ਵਿੱਚ ਜਾਂਦੀ ਹੈ ਜਾਂ ਜਿੱਥੇ ਕੌਂਸਲਰ ਬਣਦੇ ਆ, ਜਿੱਥੇ ਪੋਲੀਟੀਕਲ ਖੇਤਰਾਂ ਦੇ ਵਿੱਚ ਕੰਮ ਕਰਦੇ ਆ, ਬਹੁਤੇ ਤੋਂ ਜ਼ਿਆਦਾ ਜਿਹੜੇ ਹੈਗੇ ਆ ਇਨਸਾਨੀਅਤ ਨਾਤੇ ਬਿਲਕੁਲ ਉਹ ਇਨਸਾਫ਼ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਗੌਰਮੈਂਟਾਂ ਦੇ ਕਹਿਣੇ ਕਾਨੂੰਨਾਂ ਦੇ ਵਿੱਚ ਰਹਿ ਕੇ ਕੰਮ ਕਰਦੇ ਆ। ਆਉਣ ਵਾਲੇ ਸਮੇਂ ਜਦੋਂ ਅਸੀਂ ਕੱਲ, ਮੈਂ ਵਾਪਸ ਫੇਰ ਜਾਣਾ ਚਾਹੁੰਦਾ ਇੰਡੀਆ ਦੇ ਉੱਪਰ, ਕਿਉਂਕਿ ਜਿੰਨੇ ਵੀ 15ਵੀਂ ਸਦੀ ਤੋਂ ਬਾਅਦ ਹਾਦਸੇ ਹੋਏ, ਜਿੰਨੇ ਵੀ ਸਿੱਖਾਂ ਦੇ ਉੱਪਰ ਕਤਲੇਆਮ ਹੋਇਆ ਜਾਂ ਛੋਟਾ ਘੱਲੂਘਾਰਾ ਜਾਂ ਵੱਡੂ ਘੱਲਾਘਾਰਾ ਦਾ, ਉਸ ਤੋਂ ਬਾਅਦ ਜਿੰਨੀਆਂ ਐਜੀਜੇਸ਼ਨਾਂ ਚੱਲੀਆਂ, ਜਦੋਂ ਆਪਾਂ ਉਹਨਾਂ ਸਾਰੀਆਂ ਦੀਆਂ ਗੱਲਾਂ ਕਰਦੇ ਹਾਂ, ਜਦੋਂ ਦੇਸ਼ ਦੀ ਆਜ਼ਾਦੀ ਦੀਆਂ ਗੱਲਾਂ ਕਰਦੇ ਹਾਂ, ਬਾਹਲੇ ਜਿਹੜੇ ਘਲਾਟਵੀ ਦੇਸ਼ ਦੀ ਆਜ਼ਾਦੀ ਵਾਸਤੇ ਬਾਹਰਲੇ ਦੇਸ਼ਾਂ ਵਿੱਚ ਆਏ, ਕਿਸੇ ਨੇ ਸਾਲ ਲਾਇਆ, ਕਿਸੇ ਨੇ 2 ਸਾਲ ਲਾਇਆ, ਲੇਕਿਨ ਉਹਨਾਂ ਦੇ ਜੇਨ ਦੇ ਵਿੱਚ, ਕਿਉਂਕਿ ਗੁਰੂ ਦਾ ਜਿਹੜਾ ਗੁਰੂ ਦੀ ਰੰਗਤ ਚੜੀ ਹੋਈ ਸੀ, ਉਹਨਾਂ ਨੂੰ ਸਿੱਖੀ ਦੀ ਰੰਗਤ ਚੜੀ ਹੋਈ ਸੀ, ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉਹਨਾਂ ਦੇ ਇਨਕਰੇਜਮੈਂਟ ਹੋਰ ਹੋਈ, ਉਹਨਾਂ ਨੇ ਵਾਪਸ ਆਪਦੇ ਦੇਸ਼ ਵਿੱਚ ਜਾ ਕੇ ਦੇਸ਼ ਨੂੰ ਆਜ਼ਾਦ ਕਰ ਲਈਏ, ਸਾਰੀਆਂ ਕੁਰਬਾਨੀਆਂ ਕੀਤੀਆਂ। ਅੱਜ ਵੀ ਉਹੀ ਪੰਜਾਬੀ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਫਸੇ ਹੋਏ ਆ, ਉਹਨਾਂ ਦੇ ਇੱਕ ਖੂਨ ਦੇ ਵਿੱਚ ਇੱਕ ਉਹ ਗੁਰੂ ਦੀ ਜਿਹੜੀ ਅਣਖ ਆ ਦਿੱਤੀ ਹੋਈ, ਉਹ ਅੱਜ ਵੀ ਰਕਦੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਇਸ ਕਰਪਸ਼ਨ ਤੋਂ, ਇਸ ਜਿਹੜੀ ਚੋਰ ਬਜ਼ਾਰੀ ਤੋਂ ਮੁਕਤ ਕਰਾਉਣਾ ਹੈ, ਜਿਸ ਤਰ੍ਹਾਂ ਆਜ਼ਾਦ ਕਰਾਇਆ ਸੀ ਮੁਕਤ ਕਰਾਉਣਾ ਹੈ, ਔਰ ਉਹ ਦੇਸ਼ ਵੀ ਅਸੀਂ ਉਦਾਂ ਦਾ, ਸਾਡੇ ਯੂਰਪੀਅਨ ਕੰਟਰੀਆਂ ਦਾ ਦੇਸ਼ ਬਣਾਉਣਾ ਚਾਹੁੰਦੇ ਹਾਂ, ਸਾਡੇ ਗੁਰੂ ਦਾ ਇਹ ਆਦੇਸ਼ ਹੈ, ਕਿਉਂਕਿ ਅਸੀਂ ਜਦੋਂ ਵੀ ਸੋਚਦੇ ਹਾਂ ਤੇ ਅਸੀਂ ਮਨੁੱਖਤਾ ਲਈ ਸੋਚਦੇ ਹਾਂ, ਅਸੀਂ ਸਾਂਝੀਵਾਲਤਾ ਲਈ ਸੋਚਦੇ, ਸਾਡਾ ਕਿਤੇ ਵੀ ਕੋਈ ਵਖਰੇਵਾਂ ਨਹੀਂ ਹੈ, ਲੇਕਿਨ ਆਪਾਂ ਨੂੰ ਇਕੱਠਿਆਂ ਹੋ ਕੇ ਜਿਸ ਤਰ੍ਹਾਂ ਅਸੀਂ ਬਾਹਰਲੇ ਦੇਸ਼ਾਂ 'ਚ ਪਹੁੰਚੇ, ਆਪਣੇ ਆਪ ਨੂੰ ਇਸਟੈਬਲਿਸ਼ਮੈਂਟ ਕੀਤਾ, ਇਸੇ ਤਰ੍ਹਾਂ ਆਪਾਂ ਹਰ ਫੈਮਿਲੀ ਇੱਕ ਨੌਜਵਾਨ ਇੱਥੇ ਪੜ੍ਹਾ ਕੇ ਲਿਖਾ ਕੇ ਤਿਆਰ ਕਰਕੇ, ਘੱਟੋ ਘੱਟ 1 ਲੱਖ ਨੌਜਵਾਨ ਅਸੀਂ ਪੰਜਾਬ 'ਚ ਸੇਵਾ ਲਈ ਭੇਜੀਏ, ਪੋਲੀਟਿਕਸ ਲਈ ਭੇਜੀਏ, ਉਹਨਾਂ ਦੀਆਂ ਤਨਖਾਹਾਂ ਅਸੀਂ ਦੇਈਏ, ਤਾਂ ਕਿ ਉਹ ਦੇਸ਼ ਸਾਡਾ ਇਸ ਤਰ੍ਹਾਂ ਦਾ ਸੋਨੇ ਦੀ ਚਿੜੀਆ ਵਾਪਸ ਅਸੀਂ ਉਸ ਪੰਜਾਬ ਨੂੰ, ਉਹਨਾਂ ਨੂੰ ਉਸ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ ਭੇਜਣ, ਤਾਂ ਕਿ ਜਿਹੜੀ ਉਹਨਾਂ ਨੂੰ ਤਨਖਾਹ ਹੈ ਉਹ ਇਸੇ ਦੇ ਹਿਸਾਬ ਨਾਲ ਮਿਲੇ, ਇੱਥੇ ਦੀ ਕੰਟਰੀ ਦੇ ਹਿਸਾਬ ਨਾਲ ਮਿਲਣ, ਲੇਕਿਨ ਉਹ ਜਾ ਕੇ ਉੱਥੇ ਕੰਮ ਕਰਨ, ਉੱਥੇ ਆਪਣੀ ਕਲਮ ਦੇ ਸਦਕਾ, ਆਪਣੇ ਬ੍ਰੇਨ ਦੇ ਸਦਕਾ, ਆਪਣੀ ਇੰਟੈਲੀਜੈਂਸੀ ਦੇ ਸਦਕਾ ਜਿਹੜੇ ਮਸਲੇ ਨੇ ਉੱਥੇ ਰਹਿ ਕੇ ਜ਼ਮੀਨੀ ਪੱਧਰ 'ਤੇ ਪੂਰੇ ਕੀਤੇ ਜਾ ਸਕਦੇ ਹਨ। ਆਈ ਐਗਰੀ ਓਨ ਦਿਸ, ਬਹੁਤ ਬਹੁਤ ਧੰਨਵਾਦ ਜੀ। ਸੋ ਜਿਹੜਾ ਤੁਹਾਡਾ ਮੁੱਦਾ, ਉਸ ਮੁੱਦੇ ਤੇ ਮੈਂ ਹੁਣ ਵਾਪਸ ਇੱਕੋ ਗੱਲ ਕਹਿਣੀ ਚਾਹਾਂਗਾ, ਕਿਉਂਕਿ ਪਹਿਲਾਂ 2 ਪਾਰਟੀਆਂ ਸੀ, ਹੁਣ ਤੀਸਰੀ ਪਾਰਟੀ ਜਿਹੜੀ ਆਪ ਹੈਗੀ ਉਹ ਵੀ ਸ਼ੁਰੂ ਹੋ ਗਈ, ਉਹ ਵੀ ਇਹੀ ਨਾਰਾ ਲਾਉਂਦੀ ਆ, ਪਰ ਜਦੋਂ ਆਪਾਂ ਉਹਦਾ ਦਾਰਮਦਾਰ ਦੇਖ ਕਰਾਂਗੇ, ਆਪਾਂ ਇਹਨੂੰ ਆਮ ਆਦਮੀ ਪਾਰਟੀ ਵਾਲਾ ਵੀ ਮੈਂ ਟੌਪਿਕ ਕਰਨਾ ਸੀਗਾ, ਮੈਂ ਕੱਲ ਨੂੰ ਕਰੂੰਗਾ, ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਸੁਖਪਾਲ ਖਹਿਰਾ ਉਹਨਾਂ ਨੂੰ ਵੀ ਲੈ ਕੇ ਆਉਂਦਾ। ਆਪਾਂ ਪਾਰਟੀਆਂ ਦੇ ਛੱਡ ਕੇ ਗੱਲ ਕਰਦੇ ਹਾਂ ਵੀ ਹੁਣ 3 ਪਾਰਟੀਆਂ ਨੇ ਇਹ ਮੁੱਦਾ ਉਠਾਇਆ, ਲੇਕਿਨ ਕਿਸੇ ਇੱਕ ਪਾਰਟੀ ਨੂੰ ਇੱਕ ਦਿਨ ਇਹ ਕਰਨਾ ਪਏਗਾ। ਦੂਸਰੀ ਇਹ ਗੱਲ ਹੈਗੀ ਆ ਕਿ ਉੱਥੇ ਜਿਹੜੀ ਜਿਹੜਾ ਜਿਹੜਾ ਵੋਟ ਰਾਜ ਹੈਗਾ, ਉੱਥੋਂ ਦੇ ਲੋਕ ਵੋਟਾਂ ਪਾ ਕੇ ਜਿਹੜੀਆਂ ਪਾਰਟੀਆਂ ਨੂੰ ਬਣਾਉਂਦੇ ਆ,
ਉਹਨਾਂ ਦਾ ਜਦ ਸਾਰਿਆਂ ਦਾ ਇੰਟਰਸਟ ਹੋ ਜਾਏਗਾ ਕਿ ਇਨਸਾਫ਼ ਮਿਲਣਾ ਚਾਹੀਦਾ ਹੈ, ਬਹੁਮਤ ਇਸ ਪਾਸੇ ਆਪਣੀ ਨਿਗਾਹ ਰੱਖਣੀ ਸ਼ੁਰੂ ਕਰ ਦੇਗਾ ਤੇ ਆਟੋਮੈਟਿਕਲੀ ਉਦੋਂ ਦੇ ਪੋਲੀਟੀਸ਼ੀਅਨ ਜਿਹੜੇ ਵੀ ਰਾਜ ਵਿੱਚ ਹੋਣਗੇ ਉਹਨਾਂ ਨੂੰ ਇੱਕ ਦਿਨ ਇਹ ਇਨਸਾਫ਼ ਦੇਣਾ ਹੀ ਦੇਣਾ ਪਵੇਗਾ। ਆਈ ਥਿੰਕ ਗੁੱਡ ਆਈਡੀਆ, ਗੁੱਡ ਆਈਡੀਆ, ਗੁੱਡ ਆਈਡੀਆ। ਤੁਸੀਂ ਵਿਸ਼ਵਾਸ ਰੱਖਣਾ ਚਾਹੀਦਾ ਔਰ ਸਾਨੂੰ ਆਪਣੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਨੌਜਵਾਨ ਉਹਨਾਂ ਨੂੰ ਜਾਗਰਤ ਕਰਨਾ ਚਾਹੀਦਾ, ਐਜੂਕੇਟ ਕਰਨਾ ਚਾਹੀਦਾ ਤਾਂ ਕਿ ਉਹ ਟੌਪ ਡਿਗਰੀਆਂ ਲੈ ਕੇ ਟੌਪ ਪੋਸਟਾਂ ਦੇ ਉੱਤੇ ਬੈਠ ਕੇ ਅਸੀਂ ਆਪਣੇ ਇਨਸਾਫ਼ ਦੀ ਮੰਗ ਕਰਦੇ। ਥੈਂਕ ਯੂ ਵੈਰੀ ਮੱਚ ਮੱਲੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਮੈਂ ਇੱਥੇ ਇੱਕ ਬਸ ਬਿਲਕੁਲ ਨਿੱਕਾ ਜਿਹਾ ਵਕਫਾ ਲੈ ਰਿਹਾ, ਪਾਣੀ ਦਾ ਘੁੱਟ ਭਰ ਲਓ। ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਹੋਲਡ ਦੇ ਵਿੱਚ ਨੇ, ਲਵਾਂਗਾ ਤੁਹਾਡੇ ਵੀ ਪ੍ਰਤੀਕਰਮ ਇਸ ਬ੍ਰੇਕ ਤੋਂ ਉਸ ਪਾਰ।